ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਜੀ ਅੱਜ ਆਪਾਂ ਫਿਰ ਜਾਣਾਂਗੇ ਦੇਸ਼ ਦੁਨੀਆ ਦੇ ਵਿੱਚ ਕੀ ਕੁਝ ਵਾਪਰ ਰਿਹਾ ਪੰਨੂ ਸਾਹਿਬ ਆਪਣੇ ਨਾਲ ਨੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਪੰਨੂ ਸਾਹਿਬ ਇੱਕ ਸਵਾਲ ਬੜਾ ਟੇਢਾ ਕਹਿੰਦੇ ਆਰ ਟੀ ਆਈ ਦੇ ਵਿੱਚ ਪੁੱਛਿਆ ਗਿਆ ਅਤੇ ਪੰਜਾਬ ਸਰਕਾਰ ਨੇ ਜਿਹੜਾ ਜਵਾਬ ਦਿੱਤਾ ਉਹ ਵੀ ਮੇਰਾ ਖਿਆਲ ਬਹੁਤ ਸਾਰੇ ਲੋਕਾਂ ਨੂੰ ਅਕਸੈਪਟੇਬਲ ਨਹੀਂ ਹੋਣਾ ਕਿ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਜਾਂ ਦਿੱਤਾ ਜਾਏਗਾ ਜਾਂ ਨਹੀਂ ਦਿੱਤਾ ਜਾਏਗਾ ਇਹਦੇ ਬਾਰੇ ਕਹਿੰਦੇ ਆਰ ਟੀ ਆਈ ਪਾਈ ਸੀ ਅਤੇ ਸਰਕਾਰ ਨੇ ਨਾ ਕਰ ਦਿੱਤੀ ਵੀ ਨਾ ਦਿੱਤਾ ਗਿਆ ਅਤੇ ਨਾ ਦਿੱਤਾ ਹੀ ਜਾਣਾ ਕੀ ਚੀਜ਼ ਹੈ ਜੀ ਦੇਖੋ ਜਿਹੜੀ ਆਰ ਟੀ ਆਈ ਪਾਈ ਉਸ ਵਕੀਲ ਦੀ ਨੀਤੀ ਦੇ ਉੱਤੇ ਉਹਦੀ ਨੀਤ 'ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਸਮਾਜ ਸੇਵੀ ਆ ਜੀ ਇਹੋ ਜਿਹੀਆਂ ਜਨਤਕ ਹਿੱਤੀਆਂ ਪਟੀਸ਼ਨਾਂ ਉਹ ਅਦਾਲਤਾਂ ਵਿੱਚ ਵੀ ਪਾ ਕੇ ਲਗਾਤਾਰ ਲੜਦਾ ਜੀ ਦੂਜਾ ਜਵਾਬ ਹੈ ਸਰਕਾਰ ਦਾ ਸਰਕਾਰ ਵਿੱਚ ਕੋਈ ਵੀ ਹੋਵੇ ਉਹਨੇ ਜਵਾਬ ਉਹੋ ਹੀ ਦੇਣਾ ਸੀ ਜਿਹੜਾ ਹੋਣ ਵਾਲੀ ਸਰਕਾਰ ਨੇ ਦਿੱਤਾ ਜੀ ਕਾਨੂੰਨ ਹਰ ਗੱਲ ਬਾਰੇ ਸਪਸ਼ਟ ਹੁੰਦਾ ਕਿ ਆਹ ਹੋਵੇਗਾ ਅਤੇ ਆਹ ਨਹੀਂ ਹੋਵੇਗਾ ਜੀ ਉਹਦੇ 'ਚ ਇਹ ਲਿਖਿਆ ਗਿਆ ਕਿ ਸ਼ਹੀਦ ਦਾ ਟਾਈਟਲ ਜੰਗਾਂ ਦੇ ਵਿੱਚ ਦੇਸ਼ ਦੀ ਖਾਤਰ ਲੜਨ ਵਾਲੇ ਮਰਨ ਵਾਲੇ ਜਿਹੜੇ ਉਹਨਾਂ ਨੂੰ ਦਿੱਤਾ ਜਾਵੇਗਾ ਐਸ ਐਸ ਧਾਰਾ ਦੇ ਮੁਤਾਬਕ ਆਹ ਆਹ ਕੈਟੇਗਰੀਜ਼ ਬਣਾਈਆਂ ਗਿਣਤੀਆਂ ਬਣਾਈਆਂ ਗਈਆਂ ਕਿ ਇਹਨਾਂ ਨੂੰ ਦਿੱਤਾ ਜਾਵੇਗਾ ਦੂਜੇ ਕਿਸੇ ਨੂੰ ਨਹੀਂ ਜੀ ਤੁਸੀਂ ਹੈਰਾਨ ਹੋਵੋਗੇ ਜੰਮੂ ਕਸ਼ਮੀਰ ਦੇ ਵਿੱਚ ਚੱਲਦੀ ਜਿਹੜੀ ਲੜਾਈ ਇਸ ਵੇਲੇ ਅੱਤਵਾਦੀਆਂ ਨਾਲ ਬਾਰਡਰ ਦੇ ਉੱਤੇ ਇੱਕੋ ਮੋਰਚੇ ਦੇ ਉੱਤੇ ਲੜਦਿਆਂ ਫੌਜ ਦਾ ਜਵਾਨ ਮਾਰਿਆ ਜਾਵੇ ਤਾਂ ਉਹਨੂੰ ਸ਼ਹੀਦ ਗਿਣਿਆ ਜਾਂਦਾ ਜੀ ਸੀ ਆਰ ਪੀ ਜਾਂ ਬੀ ਐਸ ਐਫ ਦਾ ਉਹਨਾਂ ਦੇ ਨਾਲ ਲੜਦਾ ਮਾਰਿਆ ਜਾਵੇ ਉਹ ਸ਼ਹੀਦ ਨਹੀਂ ਗਿਣਿਆ ਜਾ ਰਿਹਾ ਅੱਛਾ ਜੀ ਕਿਉਂਕਿ ਸਰਕਾਰ ਨੇ ਜਿਹੜੀਆਂ ਕੈਟੇਗਰੀਜ਼ ਬਣਾਈਆਂ ਨੇ ਉਹਦੇ 'ਚੋਂ ਨਹੀਂ ਆਉਂਦਾ ਉੱਦਾਂ ਸਾਡੇ ਟੀ ਵੀ ਵਾਲੇ ਕਹਿੰਦੇ ਆ ਸਾਡੇ ਇੰਨੇ ਜਵਾਨ ਸ਼ਹੀਦ ਹੋ ਗਏ ਸਾਡੇ ਇੰਨੇ ਜਵਾਨ ਸ਼ਹੀਦੀ ਪਾ ਗਏ ਸੂਰਮਗਤੀ ਨੂੰ ਪ੍ਰਾਪਤ ਹੋ ਗਏ ਕੁਰਬਾਨੀ ਕਰ ਗਏ ਜੀ ਉਹ ਜੇ ਤਾਂ ਜੰਮੂ ਕਸ਼ਮੀਰ 'ਚ ਹੋਵੇ ਤਾਂ ਵੀ ਜੇ ਨਕਸਲੀਆਂ ਲੜ ਕੇ ਮਰਨ ਤਾਂ ਵੀ ਜੇ ਨਾਗਾਲੈਂਡ 'ਚ ਮਿਜ਼ੋਰਮ ਮਣੀਪੁਰ 'ਚ ਕਿਤੇ ਵੀ ਆ ਉਹ ਕਹਿੰਦੇ ਸ਼ਹੀਦ ਹੋ ਗਏ ਜੀ ਪਰ ਜਿਹੜਾ ਦੇਸ਼ ਦਾ ਉਹ ਇੰਸਟਰੂਮੈਂਟ ਹੈ ਉਹ ਕਾਨੂੰਨ ਹੈ ਜਿਹਦੇ ਮੁਤਾਬਕ ਇਹ ਹੋਣਾ ਉਹ 'ਚ ਇਹੋ ਜਿਹਾ ਕੋਈ ਪ੍ਰਬੰਧ ਨਹੀਂ ਕਿ ਇਹਨਾਂ ਨੂੰ ਸ਼ਹੀਦ ਡਿਕਲੇਅਰ ਕੀਤਾ ਜਾਵੇ ਅੱਛਾ ਜੀ ਜਾਂ ਤਾਂ ਜੇ ਕੁਝ ਕਰਨਾ ਤਾਂ ਅਦਾਲਤਾਂ ਆਰਡਰ ਦੇ ਦੇਣ ਸਰਕਾਰ ਨੂੰ ਕਿ ਤੁਸੀਂ ਸੋਧੋ ਅਤੇ ਦੱਸੋ ਜੀ ਕਿਹਨੂੰ ਸ਼ਹੀਦ ਡਿਕਲੇਅਰ ਕਰਨਾ ਜੀ ਸਾਡੀ ਆਪਣੀ ਜਾਣਕਾਰੀ ਮੁਤਾਬਕ ਸਾਡੇ ਸਮਿਆਂ ਦੇ ਵਿੱਚ ਸਿਰਫ ਇੱਕ ਬੰਦੇ ਨੂੰ ਸਰਕਾਰ ਨੇ ਇਸ ਤਰ੍ਹਾਂ ਡਿਕਲੇਅਰ ਸ਼ਹੀਦ ਕੀਤਾ ਔਰ ਗਲਤ ਕੀਤਾ ਅੱਛਾ ਜੀ ਉਹ ਬੰਦਾ ਸੀ ਜਿਹੜਾ ਪਾਕਿਸਤਾਨ ਦੀ ਜੇਲ੍ਹ 'ਚ ਮਾਰਿਆ ਗਿਆ ਸਰਬਜੀਤ ਜੀ ਪਾਕਿਸਤਾਨ ਦੀ ਜੇਲ੍ਹ 'ਚ ਕਈ ਭਾਰਤੀ ਹੋਰ ਵੀ ਫਾਂਸੀ ਲੱਗੇ ਸੀ ਉਹ ਸ਼ਹੀਦ ਨਹੀਂ ਅੱਜ ਤੱਕ ਆਖੇ ਗਏ ਇਹ ਉੱਥੇ ਕੋਈ ਸਰਕਾਰ ਦੀ ਡਿਊਟੀ ਕਰਨ ਗਿਆ ਕਿ ਨਹੀਂ ਗਿਆ ਅੱਜ ਤੱਕ ਸਾਬਤ ਨਹੀਂ ਹੋ ਸਕਿਆ ਜੀ ਉਹਦੇ ਇਲਾਕੇ ਦੇ ਲੋਕ ਕਹਿੰਦੇ ਆ ਜੀ ਹੋਰ ਕੰਮਾਂ ਲਈ ਜਾਂਦਾ ਸੀ ਉੱਥੇ ਫੜਿਆ ਗਿਆ ਬੰਬ ਧਮਾਕੇ ਹੋਏ ਸੀ ਪਾਕਿਸਤਾਨ ਦੀ ਪੁਲਿਸ 'ਤੇ ਦਬਾਅ ਸੀਗਾ ਕਿ ਬੰਦੇ ਲੱਭੋ ਉਹਨਾਂ ਨੂੰ ਇੱਕ ਮਨਜੀਤ ਸਿੰਘ ਚਾਹੀਦਾ ਸੀ ਮਨਜੀਤ ਸਿੰਘ ਕਹਿੰਦੇ ਕੈਨੇਡਾ ਦੌੜ ਗਿਆ ਸੀ ਕਿ ਅਮਰੀਕਾ ਦੌੜ ਗਿਆ ਸੀ ਕਿ ਫਰਾਂਸ ਕਿ ਜਰਮਨੀ ਕਿੱਥੇ ਦੌੜ ਗਿਆ ਸੀ ਉਹਨਾਂ ਨੇ ਸਰਬਜੀਤ ਸਿੰਘ ਨੂੰ ਫੜਿਆ ਮਨਜੀਤ ਸਿੰਘ ਬਣਾਇਆ ਅਤੇ ਉੱਤੇ ਕੇਸ ਪਾ ਦਿੱਤਾ ਜੀ ਅਸੀਂ ਫੜ ਲਿਆ ਜੀ ਫੜ ਲਿਆ ਮੌਤ ਦੀ ਸਜ਼ਾ ਸੁਣਾ ਦਿੱਤੀ ਚਾਰ ਪੰਜ ਸਾਲ ਦਾ ਕੇਸ ਲੜਦੇ ਰਹੇ ਫਿਰ ਉੱਥੇ ਫਾਂਸੀ ਦੀ ਸਜ਼ਾ ਵਾਲੇ ਦੋ ਹੋਰ ਕੈਦੀ ਸੀ ਉਹਨਾਂ ਕੁੱਟ ਕੁੱਟ ਕੇ ਮਾਰਤਾ ਆਪਣੇ ਦੇਸ਼ ਵਿੱਚ ਹੀਰੋ ਬਣ ਗਏ ਕਿ ਭਾਰਤ ਦਾ ਜਸੂਸ ਮਾਰਿਆ ਇੱਧਰ ਸਰਬਜੀਤ ਨੂੰ ਉਹਦੀ ਇੱਕ ਸੋ ਕਾਲਡ ਭੈਣ ਜਿਹੜੀ ਅਸਲ 'ਚ ਭੈਣ ਨਹੀਂ ਗੀ ਜੀ ਉਹਨੇ ਜਾ ਕੇ ਭਾਰਤ ਸਰਕਾਰ ਨੇ ਵੀ ਡਰਾਇਆ ਮੈਂ ਤੁਹਾਡਾ ਜਲੂਸ ਕਰ ਦੂੰ ਮੈਂ ਲੋਕਾਂ ਜਾਊ ਜੀ ਕਰੂ ਵੋ ਕਰੂੰ ਡਾਕਟਰ ਮਨਮੋਹਨ ਸਿੰਘ ਨੇ ਆਖਿਆ ਸ਼ਹੀਦ ਦਾ ਦਰਜਾ ਦੇਵਾਂਗੇ ਪਾਰਲੀਮੈਂਟ 'ਚ ਸਾਰਿਆਂ ਨੇ ਖੜੇ ਹੋ ਕੇ ਸ਼ਰਧਾਂਜਲੀ ਭੇਟ ਕਰਤੀ ਅਤੇ ਪੰਜਾਬ 'ਚ ਬਾਦਲ ਸਾਹਿਬ ਨੇ ਆਖਿਆ ਜੀ ਅਸੀਂ ਵੀ ਸ਼ਹੀਦ ਦਾ ਦਰਜਾ ਦਿੰਦੇ ਹਾਂ ਜੀ ਇੱਥੇ ਵੀ ਵਿਧਾਨ ਸਭਾ 'ਚ ਸ਼ਰਧਾਂਜਲੀ ਭੇਟ ਕਰਤੀ ਉਹ ਸ਼ਹੀਦ ਨਹੀਂ ਸੀਗਾ ਉਹਦੇ ਪਰਿਵਾਰ ਨੂੰ ਮਿਲਣ ਵਾਲੀਆਂ ਜਿਹੜੀਆਂ ਸਹੂਲਤਾਂ ਸੀ ਉਹ ਤਾਂ ਮਾਂ 'ਤੇ ਬੈਠੀਆਂ ਰਹਿ ਗਈਆਂ ਜੀ ਜਿਹੜੀ ਬਦੋ ਬਦੀ ਬਣੀ ਭੈਣ ਸੀ ਉਹਨੇ ਆਪਣੀ ਧੀ ਨੂੰ ਤਹਿਸੀਲਦਾਰ ਲਵਾ ਲਿਆ ਇਹ ਸਾਰਾ ਕੁਝ ਉਹ ਗਲਤ ਹੋਇਆ ਸੀ ਉਸ ਮਸਲੇ ਨੂੰ ਵੱਖਰਾ ਛੱਡੋ ਜੀ ਹੁਣ ਸਵਾਲ ਇਹ ਹੈ ਕਿ ਮਹਾਤਮਾ ਗਾਂਧੀ ਨੂੰ ਹਰ ਵਾਰੀ ਸਰਕਾਰ ਇਸ਼ਤਿਹਾਰ ਜਾਰੀ ਕਰਕੇ ਰਾਸ਼ਟਰਪਿਤਾ ਕਹਿੰਦੀ ਹੈ ਉਹਨੂੰ ਰਾਸ਼ਟਰਪਿਤਾ ਬਣਾਉਣ ਦਾ ਕਾਨੂੰਨ ਕਿੱਥੇ ਪਾਸ ਹੋਇਆ ਸੀ ਜੀ ਕਿਸੇ ਪਾਰਲੀਮੈਂਟ ਨੇ ਪਾਸ ਕੀਤਾ ਕਾਗਜ਼ਾਂ ਵਿੱਚ ਹੀ ਹੈ ਨਹੀਂ ਗਾ ਕਿਤੇ ਜੀ ਇਹ ਹਵਾਈ ਗੋਲੇ ਆ ਕਿ ਉਹ ਸਾਡਾ ਰਾਸ਼ਟਰਪਿਤਾ ਸੀ ਫਾਦਰ ਆਫ ਨੇਸ਼ਨ ਸੀ ਪਰ ਡਿਕਲੇਅਰ ਕਦੇ ਨਹੀਂ ਕੀਤਾ ਗਿਆ ਭਗਤ ਸਿੰਘ ਹੈ ਇਹਨੂੰ ਸ਼ਹੀਦ ਵੀ ਨਹੀਂ ਆਮ ਬੋਲਾਂ ਦੀ ਲੋਕਾਂ ਦੀ ਬੋਲੀ ਦੇ ਵਿੱਚ ਸ਼ਹੀਦ ਏ ਆਜ਼ਮ ਕਿਹਾ ਜਾਂਦਾ ਜੀ
ਇਹਦੇ ਦੋ ਸਾਥੀਆਂ ਨੂੰ ਸ਼ਹੀਦ ਸੁਖਦੇਵ ਅਤੇ ਸ਼ਹੀਦ ਸ਼ਿਵ ਰਾਮ ਰਾਜਗੁਰੂ ਆਖਿਆ ਜਾਂਦਾ ਜੀ। ਊਧਮ ਸਿੰਘ ਵੀ ਸਾਡਾ ਸ਼ਹੀਦ ਸੀਗਾ, ਦੇਸ਼ ਦੀ ਖਾਤਰ ਕੁਰਬਾਨੀ ਕੀਤੀ ਸੀ। ਊਧਮ ਸਿੰਘ ਨੂੰ ਅੱਜ ਤੱਕ ਕਦੇ ਕਿਸੇ ਨੇ ਡਿਕਲੇਅਰ ਕੀਤਾ ਕਿ ਉਹ ਸ਼ਹੀਦ ਸੀਗਾ ਜੀ। ਇਹ ਕੁਛ ਲੋਕ ਨੇ ਜਿਹੜੇ ਲੋਕਾਂ ਦੀ ਮਾਨਸਿਕਤਾ ਦੇ ਵਿੱਚੋਂ, ਸਤਿਕਾਰ ਦੇ ਵਿੱਚੋਂ ਸ਼ਹੀਦ ਗਿਣੇ ਗਏ ਨੇ ਜੀ। ਕਰਤਾਰ ਸਿੰਘ ਸਰਲ ਸਰਾਭਾ ਸ਼ਹੀਦ ਸੀਗਾ, ਉਹਨੂੰ ਸਰਕਾਰੀ ਤੌਰ 'ਤੇ ਦਰਜਾ ਕੋਈ ਨਹੀਂ ਦਿੱਤਾ ਗਿਆ। ਗਿਆਨੀ ਜੈਲ ਸਿੰਘ ਦੀ ਸਰਕਾਰ ਵੇਲੇ ਸ਼ਹੀਦ ਭਗਤ ਸਿੰਘ ਦੀ ਮਾਤਾ ਨੂੰ, ਵਿਦਿਆਵਤੀ ਨੂੰ, ਪੰਜਾਬ ਮਾਤਾ ਦਾ ਦਰਜਾ ਦਿੱਤਾ ਗਿਆ, ਕਾਰ ਦਿੱਤੀ ਗਈ, ਰੈਂਕ ਦਿੱਤਾ ਗਿਆ, ਪੈਨਸ਼ਨ ਦਿੱਤੀ ਗਈ। ਅਤੇ ਜਿਹੜੇ ਭਗਤ ਸਿੰਘ ਦੇ ਆਪਣੇ ਆਪ ਨੂੰ ਸਭ ਤੋਂ ਵੱਡੇ ਪੈਰੋਕਾਰ ਕਹਿੰਦੇ ਆ, ਉਹਨਾਂ ਨੇ ਰੌਲਾ ਪਾ ਦਿੱਤਾ ਜੀ ਮਾਤਾ ਗਦਾਰੀ ਕਰ ਗਈ। ਮਾਤਾ ਨੇ ਬੁੱਢੇ ਬਾਰੇ ਉਸ ਦੇਸ਼ ਦੀ ਸਰਕਾਰ ਤੋਂ ਸਤਿਕਾਰ ਲਿਆ ਜਿਹੜੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਉਹਦਾ ਪੁੱਤ ਸ਼ਹੀਦ ਹੋਇਆ ਸੀ ਜੀ। ਇੱਥੇ ਉਸ ਮਾਤਾ ਦੇ ਬਾਰੇ ਵੀ 36 ਗੱਲਾਂ ਕਹੀਆਂ ਗਈਆਂ, ਬਹੁਤ ਕੁਛ ਉਹਦੇ ਖਿਲਾਫ਼ ਕਿਹਾ ਗਿਆ। ਹੁਣ ਇਹ ਜਿੰਨੇ ਵੀ ਆ ਸ਼ਹੀਦ, ਕਰਤਾਰ ਸਿੰਘ ਸਰਾਭਾ, ਸ਼ਹੀਦ ਚੰਦਰ ਸ਼ੇਖਰ ਆਜ਼ਾਦ ਜੀ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ, ਮਦਨ ਲਾਲ ਢੀਂਗਰਾ, ਅਸ਼ਫਾਕੁੱਲਾ, ਇਹ ਜਿੰਨੇ ਵੀ ਨੇ ਇਹ ਲੋਕਾਂ ਦੀ ਮਾਨਸਿਕਤਾ ਦੇ ਮੁਤਾਬਕ ਸ਼ਹੀਦ ਨੇ ਜੀ। ਲੋਕ ਇਹਨਾਂ ਨੂੰ ਦਿਲੋਂ ਮਨੋਂ ਸਤਿਕਾਰ ਦਿੰਦੇ। ਸ਼ਹੀਦ ਨੇ ਕਿਸੇ ਸਰਕਾਰੀ ਡਿਗਰੀ, ਇਹ ਨਹੀਂ ਕਿਸੇ ਯੂਨੀਵਰਸਿਟੀ ਨੇ ਆਖਣਾ ਕਿ ਅਸੀਂ ਇਹਦਾ ਜਿਵੇਂ ਪੀ ਐੱਚ ਡੀ ਦਾ ਵਾਈਵਾ ਕਰਦੇ ਹੁੰਦੇ ਕਿ ਵਾਈਵਾ ਕਰਕੇ ਵੇਖਿਆ ਸ਼ਹੀਦ ਹੈਗਾ ਕਿ ਨਹੀਂ ਹੈਗਾ। ਉਹ ਵੈਸੇ ਸ਼ਹੀਦ ਨੇ ਇਹਨਾਂ ਬਾਰੇ ਸਵਾਲ ਮੁੜ ਮੁੜ ਉਠਾਉਣਾ ਨਹੀਂ ਚਾਹੀਦਾ ਕਿ ਸ਼ਹੀਦ ਕਦੋਂ ਦਰਜਾ ਦਿੱਤਾ ਗਿਆ ਸੀ ਜੀ। ਇਹ ਜਦੋਂ ਅਸੀਂ ਸਵਾਲ ਉਠਾਵਾਂਗੇ ਉਹ ਕਹਿਣਗੇ ਜੀ ਕਾਨੂੰਨ ਆ, ਔਰ ਕਾਨੂੰਨ ਕਿਹੜਾ, ਜਿਹੜਾ ਅੰਗਰੇਜ਼ਾਂ ਦੇ ਵੇਲੇ ਦਾ ਬਣਿਆ ਕਿ ਦੇਸ਼ ਦੀ ਖਾਤਰ ਬਾਹਰ ਜਾ ਕੇ ਜੰਗ ਲੜਦਾ ਜਿਹੜਾ ਉਹ ਸ਼ਹੀਦ ਹੈ, ਦੂਜਾ ਕੋਈ ਹੈ ਨਹੀਂ। ਅਤੇ ਚਾਹੇ ਪੰਜਾਬ ਸਰਕਾਰ ਨੂੰ ਕੀ ਆਖੀਏ, ਇਹ ਤਾਂ ਦੇਸ਼ ਦਾ ਕਾਨੂੰਨ ਹੈ। ਇੱਕੋ ਗੱਲ ਹੋ ਸਕਦੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਕੋਈ ਇਹੋ ਜਿਹਾ ਕੇਸ ਕਰ ਦੇਵੇ, ਉੱਥੋਂ ਆਰਡਰ ਦਵਾਇਆ ਜਾਵੇ ਕਿ ਇਹ ਕਾਨੂੰਨ ਬਦਲੋ ਜੀ, ਅੱਗੇ ਤੋਂ ਤੁਸੀਂ ਇਸ ਕਾਨੂੰਨ ਨੂੰ ਬਦਲ ਕੇ ਅਤੇ ਸ਼ਹੀਦ ਵਾਸਤੇ ਬਕਾਇਦਾ ਇੱਕ ਸਤਿਕਾਰ ਦਾ ਤਰੀਕਾ ਲੱਭੋ ਜਿਹਦੇ ਵਿੱਚ ਉਹਨੇ ਜੋ ਦੇਸ਼ ਲਈ ਕੀਤਾ ਉਹਦੇ ਮੁਤਾਬਕ ਉਹਨੂੰ ਬਣਦਾ ਸਨਮਾਨ ਦੇ ਕੇ ਬਕਾਇਦਾ ਸ਼ਹੀਦ ਡਿਕਲੇਅਰ ਕੀਤਾ ਜਾ ਸਕੇ। ਪਰ ਅਜੇ ਤੱਕ ਕੋਈ, ਕਿਉਂਕਿ ਰਸਤਾ ਨਹੀਂ ਗਾ, ਇਸ ਕਰਕੇ ਅਰਜ਼ੀਆਂ ਪਾਉਣੀਆਂ ਵੀ ਫਜ਼ੂਲ ਨੇ। ਸਰਕਾਰ ਇਨਕਾਰ ਕਰਨ ਤੋਂ ਸਿਵਾ ਕਰ ਵੀ ਕੱਖ ਨਹੀਂ ਸਕਦੀ ਜੀ, ਕਰਨ ਵਾਲਾ ਕੰਮ ਕਾਨੂੰਨ ਬਦਲਣ ਦਾ। ਬਿਲਕੁਲ ਸਹੀ ਕਹਾ। ਸੋ ਦੇਖਿਆ ਤੁਸੀਂ ਜੀ ਕਿ ਕਾਨੂੰਨ ਕੁਛ ਕਹਿੰਦਾ ਅਤੇ ਕਾਨੂੰਨ ਦਾ ਕਰਕੇ ਅੱਜ ਦੀ ਡੇਟ ਦੇ ਵਿੱਚ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਸ਼ਹੀਦ ਵੀ ਨਹੀਂ ਮੰਨਦੀ। ਸਾਡੇ ਸਤਿਕਾਰ ਸਿਰ ਝੁਕਦਾ, ਸਾਡਾ ਸਾਡੇ ਵਾਸਤੇ ਸ਼ਹੀਦ ਆਜ਼ਮ ਹੈ। ਸਰਕਾਰ ਮੰਨੇ ਨਾ ਮੰਨੇ ਕਾਨੂੰਨ, ਮੰਨੇ ਨਾ ਮੰਨੇ, ਸਾਡੇ ਲਈ ਸ਼ਹੀਦ ਆਜ਼ਮ ਹੈ। ਬਿਲਕੁਲ ਸਹੀ ਗੱਲ। ਕੋਈ ਥਾਵਾਂ ਦੇ ਉੱਪਰ ਆਪਾਂ ਕਹਿੰਦੇ ਵੀ ਕਾਨੂੰਨ ਤੋਂ ਵੱਖ ਹੋ ਕੇ ਸੋਚਣਾ ਪੈਂਦਾ। ਹਾਂ, ਅਸੀਂ ਮੰਨਾਂਗੇ ਸਾਰਾ ਹਿੰਦੁਸਤਾਨ। ਅੱਜ ਦੀ ਤਰੀਕ ਵਿੱਚ ਹਿੰਦੁਸਤਾਨ ਦੇ ਵਿੱਚ ਕਿਸੇ ਜਾਤ ਦੇ, ਕਿਸੇ ਧਰਮ ਦੇ, ਕਿਸੇ ਨਸਲ ਦੇ ਲੋਕ ਜਿਹੜੇ ਆ ਜੀ, ਭਗਤ ਸਿੰਘ ਦਾ ਨਾਂ ਲਓ, ਬੁੱਢੇ ਠੇਰਿਆਂ ਦੇ ਵੀ ਡੌਲੇ ਫਰਕਣ ਲੱਗ ਪੈਂਦੇ ਆ, ਭਗਤ ਸਿੰਘ ਭਗਤ ਸਿੰਘ ਸੀ। ਸੋ ਵੇਲੇ ਇੱਕ ਬ੍ਰੇਕ ਦਾ ਜੀ, ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਦੇ ਹਾਂ, ਬਣੇ ਰਹਿਣਾ ਸਾਡੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਮਨੋ ਸਾਹਿਬ, ਅਗਲਾ ਜਿਹੜਾ ਸਵਾਲ ਹੈ ਉਹ ਜ਼ਰੂਰ ਤੁਸੀਂ ਥੋੜ੍ਹਾ ਜਿਹਾ ਸਮਝਾਓ ਕਿ ਜਿਹੜੀ ਭਾਜਪਾ ਅਤੇ ਜਿਹੜੀ ਸ਼ਿਵ ਸੈਨਾ ਕਹਿ ਲਓ ਕਿ ਵੀ ਦੋਵਾਂ ਦੇ ਵਿਚਾਰ ਵੀ ਮਿਲਦੇ ਨੇ ਅਤੇ ਸਾਂਝ ਵੀ ਬੜੀ ਪੁਰਾਣੀ ਆ, ਹੁਣ ਕਹਿੰਦੇ ਵੀ ਅਗਲੀਆਂ ਲੋਕ ਸਭਾ ਚੋਣਾਂ ਜਿਹੜੀਆਂ ਉਹ ਇਕੱਠੀਆਂ ਆਪਾਂ ਲੜਨੀਆਂ ਨਹੀਂ, ਗੱਲ ਵੀ ਨਹੀਂ ਕਰਨੀ, ਇਹ ਇੰਨਾ ਤੋੜ ਵਿਛੋੜਾ ਕਿਉਂ ਹੋ ਗਿਆ, ਕੁੜੱਤਣ ਕਿੱਥੋਂ ਆ ਗਈ? ਕਮਾਲ ਦੀ ਗੱਲ ਇਹ ਹੈ ਕਿ ਜਦੋਂ ਕਹਿੰਦੇ ਚੋਣਾਂ ਇਕੱਠੀਆਂ ਨਹੀਂ ਲੜਨੀਆਂ, ਉਦੋਂ ਮਹਾਰਾਸ਼ਟਰ ਦੀ ਸਰਕਾਰ ਵੀ ਸਾਂਝੀ ਹੈ ਅਤੇ ਕੇਂਦਰ ਦੀ ਸਰਕਾਰ ਵੀ ਸਾਂਝੀ ਹੈ ਜੀ। ਕੇਂਦਰ ਵਿੱਚ ਵੀ ਉਹਨਾਂ ਦੇ ਮੰਤਰੀ ਹੈਗੇ ਆ ਅਤੇ ਮਹਾਰਾਸ਼ਟਰ ਦੀ ਸਰਕਾਰ ਵਿੱਚ ਵੀ ਸ਼ਿਵ ਸੈਨਾ ਦੇ ਬੰਦੇ ਨਾਲੇ ਵਜ਼ੀਰੀਆਂ ਮਾਣੀ ਜਾਂਦੇ ਨੇ ਜੀ, ਨਾਲੇ ਭਾਜਪਾ ਨੂੰ ਕਹਿੰਦੇ ਆ ਕਿ ਅਗਲੀ ਵਾਰੀ ਚੋਣਾਂ ਤੁਹਾਡੇ ਨਾਲ ਮਿਲ ਕੇ ਲੜਦੇ। ਅਗਲੀ ਵਾਰੀ ਕੀ ਸਰਕਾਰ ਸਾਂਝੀ ਚੱਲਦਿਆਂ ਤੋਂ ਵੀ ਮਿਊਂਸੀਪਲ ਕਾਰਪੋਰੇਸ਼ਨਾਂ ਅਤੇ ਮਿਊਂਸੀਪਲ ਕਮੇਟੀਆਂ ਦੀਆਂ ਚੋਣਾਂ 'ਚ ਸ਼ਿਵ ਸੈਨਾ ਭਾਜਪਾ ਦੇ ਨਾਲ ਨਹੀਂ ਖੜੋਤੀ ਜੀ, ਵੱਖਰੇ ਤੌਰ 'ਤੇ ਚੋਣਾਂ ਲੜੀਆਂ, ਹੁਣ ਵੀ ਉਹ ਕਹਿੰਦੇ ਅਸੀਂ ਨਹੀਂ ਲੜਨਾ। ਇਹਦਾ ਇੱਕ ਕਾਰਨ ਹੈ ਜੀ, ਕੋਈ ਵਕਤ ਸੀ ਸ਼ਿਵ ਸੈਨਾ ਦੀ ਜੜ ਲਾਉਣ ਵਾਲਾ ਬਾਲ ਠਾਕਰੇ ਇਹ ਕੋਈ ਸਿਆਸੀ ਬੰਦਾ ਨਹੀਂ ਸੀ ਹੁੰਦਾ, ਇਹ ਕਾਰਟੂਨਿਸਟ ਸੀਗਾ। ਅੱਛਾ ਜੀ, ਇੱਕ ਅਖਬਾਰ ਨੇ ਕਾਰਟੂਨਿਸਟ ਰੱਖਣਾ ਸੀ, ਪੋਸਟ ਇੱਕੋ ਸੀ, ਉੱਥੇ ਦੋ ਬੰਦੇ ਚਲੇ ਗਏ, ਇੱਕ ਇਹ ਸੀ, ਦੂਸਰਾ ਬੰਦਾ ਸਾਊਥ ਇੰਡੀਆ ਤੋਂ ਆਇਆ ਸੀ। ਸਾਊਥ ਇੰਡੀਆ ਵਾਲੇ ਦਾ ਕਾਰਟੂਨ ਵਧੀਆ ਸੀ, ਇਹਦਾ ਮਾੜਾ ਸੀ, ਉਹਨੂੰ ਉਹਨਾਂ ਰੱਖ ਲਿਆ। ਅੱਛਾ ਜੀ, ਇਹਨੂੰ ਬਾਹਰ ਕੱਢਤਾ, ਇਹਨੇ ਬਾਹਰ ਆ ਕੇ ਅਤੇ ਮੁੰਬਈ 'ਚ ਸ਼ਿਵ ਸੈਨਾ ਬਣਾ ਕੇ ਆਖਿਆ ਜਿਹੜੇ ਸਾਊਥ ਇੰਡੀਅਨ ਇੱਥੇ ਆਉਂਦੇ ਆ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ, ਉਹ ਇੱਥੇ ਆਉਂਦੇ ਕਿਉਂ ਆ, ਸਾਡੀ ਰੋਟੀ ਰੋਜੀ ਖਤਰੇ 'ਚ। ਅੱਛਾ ਜੀ, ਸਾਊਥ ਇੰਡੀਅਨ ਡਰਾ ਲੈ, ਫਿਰ ਇਹਨੇ ਗੁਜਰਾਤੀਆਂ ਦੇ ਖਿਲਾਫ਼ ਮੁਹਿੰਮ ਛੇੜਤੀ,
ਗੁਜਰਾਤੀਆਂ ਨੂੰ ਉਡਾ ਲਿਆ, ਫਿਰ ਇਹਨੇ ਮੁਸਲਮਾਨਾਂ ਦੇ ਖਿਲਾਫ਼ ਮੁਹਿੰਮ ਛੇੜਤੀ। ਅੱਛਾ ਜੀ, ਹੁਣ ਤੱਕ ਉਹ ਇਹ ਕਹੀ ਜਾਂਦੇ ਨੇ ਸ਼ਿਵ ਸੈਨਾ ਵਾਲੇ ਕਿ ਬਾਬਰੀ ਮਸਜਿਦ ਢਾਉਣ ਦਾ ਭਾਜਪਾ ਨੂੰ ਤਾਂ ਮੁਫ਼ਤ ਦਾ ਕ੍ਰੈਡਿਟ ਮਿਲ ਗਿਆ ਅਤੇ ਹਿੰਦੂਆਂ ਤੋਂ ਵੋਟਾਂ ਲੈ ਗਈ ਆ। ਇਹ ਭਾਜਪਾ ਦੇ ਲੀਡਰ ਤਾਂ ਅਡਵਾਨੀ, ਉਮਾ ਭਾਰਤੀ ਵਗੈਰਾ 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 ਸਾਰੇ ਰੈਲੀ ਕਰਦੇ ਰਹਿ ਗਏ ਸੀ ਮਸਜਿਦ 'ਤੇ ਜਾ ਕੇ, ਅਸਾਂ ਢਾਈ ਸੀ ਜੀ। ਇਹਦਾ ਮਤਲਬ ਕਿ ਉਹ ਭਾਜਪਾ ਨਾਲੋਂ ਵੀ ਜ਼ਿਆਦਾ ਤਿੱਖੇ ਹਿੰਦੂ ਤਵੀ ਨੇ। ਹੁਣ ਹੈਰਾਨੀ ਦੀ ਗੱਲ ਇਹ ਆ ਕਿ ਪਿਛਲੀਆਂ ਚੋਣਾਂ 'ਚ ਇਕੱਠੇ ਹੋ ਗਏ ਅਤੇ ਇਕੱਠੇ ਹੋਣ ਤੋਂ 3 ਮਹੀਨਿਆਂ ਬਾਅਦ ਪਾਟ ਗਿਆ ਜੀ। ਮੋਦੀ ਸਾਹਿਬ ਨੇ ਜਾ ਕੇ ਸੌਦਾ ਮਾਰਿਆ ਸੀ ਸ਼ਿਵ ਸੈਨਾ ਨਾਲ ਕਿ ਪਾਰਲੀਮੈਂਟ ਦੇ ਵਿੱਚ ਸੀਟਾਂ ਅਸੀਂ ਵੱਧ ਲੜਾਂਗੇ, ਤੁਸੀਂ ਘੱਟ ਲੜ ਲਓ, ਅਸੈਂਬਲੀ ਆਵੇ ਤੁਸੀਂ ਵੱਧ ਲੜਿਓ ਅਤੇ ਅਸੀਂ ਘੱਟ ਲੜਾਂਗੇ। ਜਦੋਂ ਅਸੈਂਬਲੀ ਆਈ ਤਾਂ ਬੀਜੇਪੀ ਵਾਲੇ ਠਿੱਬੀ ਲਾ ਗਏ। ਅੱਛਾ ਜੀ, ਆਪ ਵੱਧ ਸੀਟਾਂ ਲੜਨੀਆਂ ਚਾਹੁੰਦੇ ਸੀ, ਸ਼ਿਵ ਸੈਨਾ ਨਹੀਂ ਮੰਨੀ, ਫਿਰ ਦੋਵੇਂ ਤਰ੍ਹਾਂ ਲੜੀਆਂ, ਉਹਨਾਂ ਦੀਆਂ ਸੀਟਾਂ ਵੱਧ ਆ ਗਈਆਂ, ਸ਼ਿਵ ਸੈਨਾ ਦੀਆਂ ਕੁਝ ਘੱਟ ਆਈਆਂ, ਸਰਕਾਰ ਉਹਨਾਂ ਦੀ ਬਣ ਗਈ। 2-3 ਮਹੀਨੇ ਲੜਨ ਭਿੜਨ ਤੋਂ ਬਾਅਦ ਫਿਰ ਸ਼ਿਵ ਸੈਨਾ ਸਰਕਾਰ 'ਚ ਸ਼ਾਮਲ ਹੋ ਗਏ। ਅੱਛਾ ਜੀ, ਉਦੋਂ ਬਾਅਦ ਵੀ ਲੜਾਈ ਚੱਲਦੀ ਪਈ, ਉਹ ਲੜਾਈ ਰੁਕ ਨਹੀਂ ਰਹੀ। ਇੱਦਾਂ ਦਾ ਦੌਰ ਇੱਕ ਵਾਰੀ ਅੱਗੇ ਵੀ ਆਇਆ ਸੀ, ਵਾਜਪੇਈ ਸਰਕਾਰ ਹੁੰਦੀ ਸੀ ਜੀ, ਬੀਜੇਪੀ ਦੇ ਲੀਡਰ ਬੜੀ ਚੜ੍ਹਤ ਵਿੱਚ ਸੀ ਕਿ ਅਸੀਂ ਕਿਸੇ ਦੀ ਕੀ ਪਰਵਾਹ ਕਰਦੇ ਹਾਂ। ਉਸ ਚੜ੍ਹਤ ਦੇ ਦੌਰਾਨ ਬੰਬੇ 'ਚ ਜਾ ਕੇ ਇੱਕ ਰੈਲੀ ਕਰਕੇ ਬੀਜੇਪੀ ਦੇ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਨੇ ਆਖਿਆ ਕਿ ਕੁਛ ਲੋਕ ਹਮਾਰੇ ਸਾਥ ਸਰਕਾਰ ਮੇਂ ਵੀ ਹੈ, ਹਮਾਰੇ ਖਿਲਾਫ਼ ਵੀ ਬੋਲਤੇ ਹੈ, ਐਸਾ ਹੀ ਚਲਤਾ ਰਹਾ ਤੋ ਬੀਜੇਪੀ ਕੋ ਅਕੇਲੇ ਰਾਸਤਾ ਆਪਣਾ ਚੁਣਨਾ ਪੜੇਗਾ, ਹਮ ਇਨਕੇ ਸਾਥ ਜਾਣੇ ਵਾਲੇ ਨਹੀਂ ਹੈ। ਇੱਕ ਹਫ਼ਤੇ ਬਾਅਦ ਉਸੇ ਥਾਂ 'ਤੇ ਰੈਲੀ ਕਰਕੇ ਬਾਲ ਠਾਕਰੇ ਨੇ ਆਖਿਆ, ਇੱਥੇ ਆ ਜਾਂਦੇ ਦਿੱਲੀ ਤੋਂ ਕੁਛ ਵੱਡੀਆਂ ਵੱਡੀਆਂ ਮੁੱਛਾਂ ਵਾਲੇ ਲੀਡਰ, ਉਹ ਅਡਵਾਨੀ 'ਤੇ ਚੋਟ ਸੀ ਜੀ, ਇੱਥੇ ਆ ਕੇ ਕਹਿੰਦੇ ਅਸੀਂ ਸ਼ਿਵ ਸੈਨਾ ਨੂੰ ਕੋਈ ਨਹੀਂ ਸਮਝਦੇ, ਚੋਣਾਂ ਆ ਲੈਣ ਜੋ ਇਹਨਾਂ ਨੂੰ ਅਸੀਂ ਦਿਨੇ ਤਾਰੇ ਵਿਖਾ ਦਿਆਂਗੇ। ਬੀਜੇਪੀ ਵਾਲਿਆਂ ਨੂੰ ਸਮਝ ਲੱਗ ਗਈ, ਵਾਜਪੇਈ ਅਡਵਾਨੀ ਦੋਵਾਂ ਨੇ ਸਮਝੌਤਾ ਕੀਤਾ, ਪਹਿਲਾਂ ਵਾਜਪੇਈ ਗਿਆ ਬਾਲ ਠਾਕਰੇ ਦੇ ਘਰ ਜੀ, ਫਿਰ ਅਡਵਾਨੀ ਨਹੀਂ ਗਿਆ, ਫਿਰ ਸਮਝੌਤਾ ਹੋ ਗਿਆ। ਹੁਣ ਕੀ ਹੈ, ਇੱਥੇ ਕਰਨਾਟਕਾ ਦੇ ਵਿੱਚ ਜੋ ਕੁਛ ਹੋਇਆ ਅਤੇ ਉਸ ਮੁੱਦੇ ਨੂੰ ਲੈ ਕੇ ਜਿੰਨਾ ਕਾਂਗਰਸ ਵਾਲੇ ਅਤੇ ਜਨਤਾ ਦਲ ਵਾਲੇ, ਜਨਤਾ ਦਲ ਐਸ ਵਾਲੇ ਜੀ ਬੀਜੇਪੀ ਦੇ ਖਿਲਾਫ਼ ਬੋਲਦੇ, ਉਹਦੇ ਨਾਲ ਥੋੜ੍ਹਾ ਜਿਹਾ ਘੱਟ ਤੇਲਗੂ ਦੇਸਮ ਵਾਲਾ ਬੋਲਦਾ, ਜਿਹੜੀ ਤੇਲੰਗਾਨਾ ਰਾਸ਼ਟਰੀ ਸੰਮਤੀ ਵਾਲਾ TRS ਵਾਲਾ ਉਹ ਵੀ ਬੋਲਦਾ ਜੀ, ਮਮਤਾ ਬੈਨਰਜੀ ਵੀ ਬੋਲਦੇ, ਪਰ ਸਭ ਤੋਂ ਵੱਧ ਤਿੱਖਾ ਜੇ ਕੋ ਬੋਲਿਆ ਤਾਂ ਸ਼ਿਵ ਸੈਨਾ ਬੋਲੀ। ਸ਼ਿਵ ਸੈਨਾ ਜਿਹੜੀ ਗੱਲ ਹੁਣ ਕਰਦੀ ਪਈ ਆ, ਇਹ ਨਹੀਂ ਸਮਝਣਾ ਚਾਹੀਦਾ ਵੀ ਅਗਲੇ ਸਾਥ ਸਮਝੌਤਾ ਨਹੀਂ ਹੋਣਾ ਜੀ, ਸਮਝੌਤਾ ਤਾਂ ਉਹਨਾਂ ਨੇ ਕਰ ਲੈਣਾ ਮੈਨੂੰ ਜਿੰਨਾ ਕੁ ਪਤਾ, ਜੇ ਬਿਲਕੁਲ ਬੇਵਸੀ ਹੋ ਗਈ ਤਾਂ ਸ਼ਾਇਦ ਨਾ ਕਰਨ ਜੀ, ਸਮਝੌਤਾ ਉਹਨਾਂ ਨੇ ਕਰ ਲੈਣਾ, ਕਿਉਂਕਿ ਨਾ ਕਰਨਗੇ ਤਾਂ ਬੀਜੇਪੀ ਦੇ ਲੀਡਰ ਵੀ ਗੋਤੇ ਖਾਣਗੇ ਅਤੇ ਇਹ ਵੀ ਖਾਣਗੇ। ਕਰਨਾਟਕਾ ਦੀ ਹਾਰ ਨੇ ਜਿੰਨਾ ਚਾਨਣ ਬੀਜੇਪੀ ਨੂੰ ਕਰਾਇਆ, ਉਹਨਾਂ ਚਾਨਣ ਸ਼ਿਵ ਸੈਨਾ ਦੇ ਲੀਡਰਾਂ ਨੂੰ ਵੀ ਕਰਾਇਆ ਜੀ, ਪਰ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਅਸੀਂ ਤੁਹਾਡੇ ਨਾਲ ਸਮਝੌਤਾ ਨਹੀਂ ਕਰਨਾ, ਬੀਜੇਪੀ ਨੂੰ ਡਰਾ ਰਹੇ ਆ, ਆਪਣੀ ਬਾਰਗੇਨਿੰਗ ਪਾਵਰ ਵਧਾ ਰਿਹਾ, ਜੋ ਇਕੱਲੇ ਥੋੜ੍ਹਾ ਵਧਾ ਰਿਹਾ, ਉਹਨਾਂ ਦੇ ਬਾਕੀ ਭਾਈ ਸਾਡੇ ਪੰਜਾਬ 'ਚ ਅਕਾਲੀ ਤੀਜੇ ਦਿਨ ਬਿਆਨ ਦੇ ਦਿੰਦੇ ਆ ਕਿ ਜੇ ਗੁਰੂ ਕੇ ਲੰਗਰ ਤੋਂ GST ਨਾ ਹਟਾਇਆ ਅਸੀਂ ਸਮਝੌਤਾ ਨਹੀਂ ਕਰਾਂਗੇ ਜੀ। ਇੱਦਾਂ ਦੀਆਂ ਗੱਲਾਂ ਬੀਜੇਪੀ ਨੇ 50 ਹੀ ਵੇਖੀਆਂ, ਜਦੋਂ UP 'ਚ ਉੱਤਰਾਖੰਡ ਵੱਖਰਾ ਹੋਇਆ ਸੀ ਜੀ, ਅਤੇ ਬਾਦਲ ਸਾਹਿਬ ਨੇ ਆਖਿਆ ਸੀ ਕਿ ਊਧਮ ਸਿੰਘ ਨਗਰ ਜ਼ਿਲ੍ਹਾ ਜਿਹੜਾ ਨਵੇਂ ਸੂਬੇ 'ਚ ਨਾ ਪਾਇਆ ਜਾਵੇ ਉਹਨੂੰ UP 'ਚ ਰੱਖੋ, ਵਾਜਪੇਈ ਨਹੀਂ ਸੀ ਮੰਨਿਆ ਜੀ, ਇਹਨੇ ਆਖਿਆ ਸੀ ਜੇ ਤੁਸੀਂ ਪਾਇਆ ਤਾਂ ਅਸੀਂ ਵਾਜਪੇਈ ਸਰਕਾਰ 'ਚੋਂ ਆਪਣੇ ਮੰਤਰੀ ਵਾਪਸ ਲੈ ਲਾਂਗੇ, ਅਤੇ ਵਾਜਪੇਈ ਨੇ ਆਖਿਆ ਲੈਣੇ ਕਿੱਦਣ ਜੀ, ਲੈ ਲਓ, ਅਤੇ ਫਿਰ ਰੌਲਾ ਰੌਲਾ ਪਾ ਕੇ ਉਸੇ ਤਨਖਾਹ 'ਤੇ ਕੰਮ ਕਰਨਾ ਮੰਨ ਗਏ ਸੀ ਜੀ। ਹੁਣ ਵੀ GST ਦਾ ਰੌਲਾ ਪਾਈ ਜਾਂਦੇ ਨੇ, ਸਾਲ ਤੋਤੇ ਹੋ ਗਿਆ ਚੱਲਦੇ ਨੂੰ ਜੀ, ਜੇ ਕੁਝ ਕਰਨਾ ਸੀ ਕਰ ਲਓ, ਇਹਦਾ ਮਤਲਬ ਪਰਖਦੇ ਪਏ ਕਿ ਲੋਕ ਹੌਲੀ 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 ਇਹ GST ਨੂੰ ਹਜ਼ਮ ਕਰ ਲੈਣ ਜੀ, ਅਤੇ ਮੁੜ ਕੇ ਆਖੀਏ ਚਲੋ ਉਹ ਤਾਂ ਹੁਣ ਚੱਲਣਾ ਚੱਲ ਗਿਆ, ਕਾਂਗਰਸ ਤੋਂ ਬੜਾ ਖਤਰਾ ਇਸ ਕਰਕੇ ਉਹਨੂੰ ਰੋਕਣ ਲਈ BJP ਦਾ ਸਾਥ ਦੇਣਾ ਪਿਆ, ਇਹ ਬਹਾਨੇ ਬਣਾਉਂਦੇ ਪਏ ਆਪਣੀਆਂ ਸੀਟਾਂ ਆਪਣੀ ਬਾਰਗੇਨਿੰਗ ਪਾਵਰ ਵਧਾਉਣ ਵਾਸਤੇ। ਅਕਾਲੀ ਵੀ ਇਹ ਕੰਮ ਕਰਦੇ ਪਏ, ਸ਼ਿਵ ਸੈਨਾ ਵੀ ਇਹ ਕੰਮ ਕਰਦੀ ਪਈ ਹੈ ਜੀ, ਕੁਝ ਹੋਰ ਵੀ ਇੱਧਰੋਂ ਦੀਆਂ ਛੋਟੀਆਂ ਮੋਟੀਆਂ ਪਾਰਟੀਆਂ, ਰਾਮਵਿਲਾਸ ਪਾਸਵਾਨ ਆ ਉਹ ਹਰ ਪਾਰਲੀਮੈਂਟ ਚੋਣ ਵੇਲੇ ਇਹ ਚੈੱਕ ਕਰਦਾ ਹੁੰਦਾ ਕਿ ਹਵਾ ਦਾ ਰੁੱਖ ਕਿੱਧਰ ਨੂੰ ਆ ਜੀ, ਜੇ ਉਹਨੂੰ ਜਾਪਿਆ ਕਿ BJP ਦੇ ਖਿਲਾਫ਼ ਹੈ ਹਵਾ ਦਾ ਰੁੱਖ, ਉਹਨੇ ਇੱਕਦਮ 2-3 ਵੱਡੇ ਤੱਤੇ ਬਿਆਨ ਦੇਣੇ ਆ ਅਤੇ ਫਿਰ ਛੱਡ ਕੇ ਕਬੂਤਰ ਵਾਂਗੂ ਕਿਸੇ ਹੋਰ ਦੇ ਚਬਾਰੇ 'ਤੇ ਜਾ ਕੇ ਉਹਨੇ ਬਹਿ ਜਾਣਾ। ਇਹ ਉੱਥੇ ਰਾਮਦਾਸ ਅਠਾਵਲੇ ਆ ਮਹਾਰਾਸ਼ਟਰ ਦੇ ਵਿੱਚ, ਉਹ ਵੀ ਇੱਦਾਂ ਕਰਦਾ ਹੁੰਦਾ, ਹਰ ਵਾਰੀ ਨਵੇਂ ਗੱਠਜੋੜ 'ਚ ਹੁੰਦਾ, ਕੁਝ ਹੋਰ ਵੀ ਇੱਦਾਂ ਕਰ ਸਕਦੇ ਆ। ਪਰ ਮੁੱਖ ਮਸਲਾ ਇਹ ਬਣਿਆ ਪਿਆ ਕਿ BJP ਅਤੇ ਸ਼ਿਵ ਸੈਨਾ ਦੋਵੇਂ ਇਕੱਠੇ ਰਹਿਣਗੇ ਕਿ ਨਹੀਂ ਰਹਿਣਗੇ। ਮੇਰੀ ਆਪਣੀ ਸਮਝ ਇਹ ਕਹਿੰਦੀ ਹੈ ਕਿ ਜਿਵੇਂ ਪੂਰੀ ਲੜਾਈ ਲੜ ਕੇ
ਉਹ ਫਿਰ ਬੀਜੇਪੀ ਦੀ ਸਰਕਾਰ 'ਚ ਕੇਂਦਰ 'ਚ ਵੀ ਸ਼ਾਮਿਲ ਹੋ ਗਏ ਅਤੇ ਮਹਾਰਾਸ਼ਟਰ 'ਚ ਵੀ। ਹੁਣ ਪੂਰਾ ਨਿੰਦ ਕੇ ਨੌੜ ਕੇ ਭੰਡ ਕੇ ਛੰਡ ਕੇ ਅਗਲੇ ਸਾਲ ਜਦੋਂ ਪਾਰਲੀਮੈਂਟ ਚੋਣਾਂ ਹੋਈਆਂ ਉਧਵ ਠਾਕਰੇ, ਨਰਿੰਦਰ ਮੋਦੀ, ਅਮਿਤ ਸ਼ਾਹ ਇਹ ਸਾਰੇ ਫਿਰ ਇੱਕੋ ਸਟੇਜ 'ਤੇ ਬੈਠੇ ਹੋਣਗੇ, ਰਲ ਮਿਲ ਕੇ ਚੋਣਾਂ ਲੜਨਗੇ। ਉਹਦਾ ਕਾਰਨ ਇਹ ਹੈ ਕਿ ਜੇ ਗੋਤੇ ਆਉਣ ਲੱਗੇ ਦੋਵਾਂ ਧਿਰਾਂ ਨੂੰ ਆਉਣੇ ਕਿ ਸਿੱਖ ਧਿਰ ਨੂੰ ਨਹੀਂ ਆਉਣੇ। ਸੋ ਤੁਸੀਂ ਦੇਖ ਰਹੇ ਹੋ ਜੀ ਕਿ ਦੇਸ਼ ਦੀ ਜਿਹੜੀ ਸਿਆਸਤ ਹੈ ਉਹ ਕਿੱਧਰ ਨੂੰ ਜਾ ਰਹੀ ਹੈ। ਵੇਲਾ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਦੇ ਹਾਂ, ਬਣੇ ਰਹਿਣਾ ਸਾਡੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਬਾਨੂ ਸਾਹਿਬ ਦੇ ਜੇ ਆਪਾਂ ਦੇਸ਼ ਦੇ ਲੀਡਰਾਂ ਬਾਰੇ ਜਾਣ ਹੀ ਰਹੇ ਹਾਂ ਤਾਂ ਸ਼ਰਦ ਯਾਦਵ ਸਾਹਿਬ ਬਾਰੇ ਵੀ ਦੱਸ ਦਿਓ। ਤੋੜ ਵਿਛੋੜਾ ਕਰ ਲਿਆ ਉਹਨਾਂ ਨੇ ਜਨਤਾ ਦਲ ਯੂ ਨਾਲੋਂ, ਅਤੇ ਹੁਣ ਕਹਿੰਦੇ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਮੈਂ ਉਹਨਾਂ ਦੇ ਨਾਲ ਮਿਲ ਕੇ ਅਤੇ ਕੋਈ ਨਵੀਂ ਪਾਰਟੀ ਬਣਾਉਣੀ ਜਾਂ ਅਲਾਇੰਸ ਬਣਾਉਣਾ ਅਤੇ ਵੱਖਰੇ ਤੌਰ 'ਤੇ ਰਾਜਨੀਤੀ ਕਰਨੀ ਹੈ, ਇਹ ਸਾਰੇ ਕੁਛ ਨੂੰ ਕਿੱਦਾਂ ਦੇਖਦੇ ਤੁਸੀਂ? ਦੇਖੋ ਜਦੋਂ ਐਮਰਜੈਂਸੀ ਲੱਗੀ, ਐਮਰਜੈਂਸੀ ਲੱਗਣ ਤੋਂ ਪਹਿਲਾਂ ਜੀ 1973-74 'ਚ ਇੱਕ ਮਹਾਂਗਠਜੋੜ ਬਣਿਆ ਸੀ। ਅੱਛਾ ਜੀ। ਉਹਦਾ ਲੀਡਰ ਸੀ ਜੈ ਪ੍ਰਕਾਸ਼ ਨਾਰਾਇਣ, ਉਹਨੂੰ ਲੋਕ ਨਾਇਕ ਕਹਿੰਦੇ ਹੁੰਦੇ ਸੀ। ਉਹਦੀ ਅਗਵਾਈ 'ਚ ਫਿਰ ਜਨਤਾ ਪਾਰਟੀ ਬਣੀ ਜੀ। ਫਿਰ ਜਨਤਾ ਪਾਰਟੀ 'ਚ 4.5 ਪਾਰਟੀਆਂ ਜੁੜੀਆਂ। ਅੱਛਾ ਜੀ। ਇੱਕ ਕਿਸਾਨ ਮਜ਼ਦੂਰ ਪਾਰਟੀ, ਇੱਕ ਸੁਤੰਤਰ ਪਾਰਟੀ, ਇੱਕ ਸਿੰਡੀਕੇਟ ਕਾਂਗਰਸ, ਇੱਕ ਜਨਸੰਘ ਪਾਰਟੀ। ਅੱਛਾ ਜੀ। ਅੱਧੀ ਇੱਕ ਪਾਰਟੀ ਸੀ ਬਾਬੂ ਜਗਜੀਵਨ ਰਾਮ ਦੀ, ਜਿਹੜੀ ਕਾਂਗਰਸ 'ਚੋਂ ਨਿਕਲ ਕੇ ਆਏ, ਕਾਂਗਰਸ ਫਾਰ ਡੈਮੋਕ੍ਰੇਸੀ ਬਣਾਈ ਸੀ ਨਾ, ਇਹ ਸ਼ਾਮਿਲ ਹੋ ਗਏ। ਅੱਛਾ ਜੀ। ਪੌਣੇ 3 ਸਾਲਾਂ ਬਾਅਦ ਇਸ ਦਿਲ ਕੇ ਟੁਕੜੇ ਹਜ਼ਾਰ ਹੋਏ, ਕੋਈ ਯਹਾਂ ਗਿਰਾ, ਕੋਈ ਵਹਾਂ ਗਿਰਾ। ਜਨਤਾ ਪਾਰਟੀ ਮੁਰਾਰਜੀ ਦੇਸਾਈ ਅਤੇ ਚੰਦਰ ਸ਼ੇਖਰ ਰਹਿ ਗਏ। ਇਹ ਸੁਸ਼ਮਾ ਸਵਰਾਜ ਉਦੋਂ ਉਹਨਾਂ ਨਾਲ ਸੀ। ਅੱਛਾ ਜੀ। ਜਾਰਜ ਫਰਨਾਂਡਿਸ ਵੀ ਇਹਨਾਂ ਨਾਲ ਰਹਿ ਗਿਆ, ਨਿਤੀਸ਼ ਕੁਮਾਰ ਇਹਨਾਂ ਨਾਲ ਰਹਿ ਗਿਆ, ਲਾਲੂ ਪ੍ਰਸਾਦ ਇਹਨਾਂ ਨਾਲ ਰਹਿ ਗਿਆ, ਸ਼ਰਦ ਯਾਦਵ ਇਹਨਾਂ ਨਾਲ ਰਹਿ ਗਿਆ ਜੀ। ਪੁਰਾਣੇ ਜਨਸੰਘੀਆਂ ਨੇ ਵੱਖਰੇ ਹੋ ਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਬਣਾ ਲਈ ਜੀ। ਜਿਹੜੇ ਕਿਸਾਨ ਮਜ਼ਦੂਰ ਪਾਰਟੀ ਵਾਲੇ, ਸੁਤੰਤਰ ਪਾਰਟੀ ਵਾਲੇ, ਸਿੰਡੀਕੇਟ ਕਾਂਗਰਸ ਵਾਲੇ ਸੀ, ਉਹਨਾਂ ਨੇ ਵੱਖਰੇ ਹੋ ਕੇ ਇੱਕ ਲੋਕ ਦਲ ਬਣਾ ਲਿਆ, ਇੱਕ ਕਾਂਗਰਸ ਉਹ ਬਣਾ ਲਈ। ਇੱਦਾਂ ਕੰਮ ਚੱਲਦਾ ਰਿਹਾ। ਫਿਰ ਜਨਤਾ ਪਾਰਟੀ ਟੁੱਟ ਕੇ ਜਨਤਾ ਦਲ ਬਣਿਆ, ਜਨਤਾ ਦਲ ਟੁੱਟ ਕੇ ਜਦੋਂ ਵੱਖਰੀ ਇੱਕ ਸਮਤਾ ਪਾਰਟੀ ਬਣਾਈ ਗਈ ਜੀ, ਅਤੇ ਜਨਤਾ ਦਲ ਵਾਲਾ ਲਾਲੂ ਪ੍ਰਸਾਦ ਇਹਨਾਂ ਦਾ ਖੇੜਾ ਛੱਡ ਗਿਆ। ਅੱਛਾ ਜੀ। ਸਮਤਾ ਪਾਰਟੀ 'ਚ ਜਾਰਜ ਫਰਨਾਂਡਿਸ, ਨਿਤੀਸ਼ ਕੁਮਾਰ ਅਤੇ ਸ਼ਰਦ ਯਾਦਵ ਇਕੱਠੇ, ਉਹਨਾਂ ਨੇ ਮੁੜ ਕੇ ਉਹਦਾ ਨਾਂ ਜਨਤਾ ਦਲ ਯੂਨਾਈਟਿਡ ਰੱਖ ਲਿਆ। ਉਹ ਫਿਰ ਵੀ ਚੱਲਦੀ ਰਹੀ। ਜਾਰਜ ਫਰਨਾਂਡਿਸ ਮੰਜੇ 'ਤੇ ਪੈ ਗਿਆ, ਇਸ ਵੇਲੇ ਮੰਜੇ 'ਤੇ ਉਹਨੂੰ ਪਤਾ ਨਹੀਂ ਮੈਂ ਕਿੱਥੇ ਪਿਆ ਜੀ। ਨਿਤੀਸ਼ ਕੁਮਾਰ ਅਤੇ ਸ਼ਰਦ ਯਾਦਵ ਇਕੱਠੇ ਰਹੇ, ਪਰ ਜਦੋਂ ਨਿਤੀਸ਼ ਕੁਮਾਰ ਨੇ ਲਾਲੂ ਦਾ ਪੱਲਾ ਛੱਡ ਕੇ ਅਤੇ ਬੀਜੇਪੀ ਨਾਲ ਸਮਝੌਤਾ ਕੀਤਾ ਜੀ, ਸ਼ਰਦ ਯਾਦਵ ਕਹਿੰਦਾ ਮੈਂ ਇਹਨਾਂ ਨਾਲ ਨਹੀਂ ਚੱਲ ਸਕਦਾ, ਉਹ ਛੱਡ ਕੇ ਪਾਸੇ ਹੋ ਗਿਆ। ਇਹਨਾਂ ਨੂੰ ਪਾਰਟੀ 'ਚੋਂ ਕੱਢਤਾ, ਇਕੱਲਾ ਪਾਰਟੀ 'ਚੋਂ ਨਹੀਂ ਕੱਢਿਆ, ਰਾਜ ਸਭਾ ਦੇ ਚੇਅਰਮੈਨ ਨੂੰ ਕਹਿ ਕੇ ਉਹਦੀ ਪਾਰਲੀਮੈਂਟ ਮੈਂਬਰੀ ਵੀ ਖਾਰਜ ਕਰਾਈ। ਅੱਛਾ ਜੀ। ਸਾਰਾ ਜ਼ੋਰ ਲਾਤਾ। ਹੁਣ ਕੁਛ ਚਿਰ ਉਹ ਗੁੱਸੀ ਮਾਰ ਕੇ ਰਿਹਾ। ਪਿਛਲੇ ਹਫ਼ਤੇ ਉਹਨੇ ਦਿੱਲੀ ਵਿੱਚ ਇੱਕ ਬਹੁਤ ਵੱਡਾ ਇਕੱਠ ਕੀਤਾ ਜੀ, ਜਿਹਦੇ ਵਿੱਚ ਬਹੁਤੇ ਲੋਕ ਬਿਹਾਰ ਦੇ ਮੂਲ ਵਾਲੇ ਸੀ, ਯੂਪੀ ਵਾਲੇ ਵੀ ਆਏ, ਰਾਜਸਥਾਨ ਦੇ ਵੀ ਆਏ, ਸਾਡੇ ਪੰਜਾਬ ਦੇ ਵੀ 40-50 ਆ ਗਏ ਸਨ। ਅੱਛਾ ਜੀ। ਬਾਕੀ ਥਾਵਾਂ ਤੋਂ ਵੀ ਸੱਦੇ। ਉਹਨੇ ਇੱਕ ਨੈਸ਼ਨਲ ਲੈਵਲ ਦੀ ਨੀਂਹ ਰੱਖ ਦਿੱਤੀ ਹੈ ਕਿ ਮੈਂ ਲੋਕਤੰਤਰਿਕ ਜਨਤਾ ਦਲ ਬਣਾਵਾਂਗਾ। ਅੱਛਾ ਜੀ। ਇਹ ਵੀ ਆਖਿਆ ਕਿ ਜਿਹੜੀਆਂ ਪਾਰਟੀਆਂ ਡੈਮੋਕ੍ਰੇਸੀ 'ਤੇ ਖੜੀਆਂ, ਜਿਹੜੀਆਂ ਪਾਰਟੀਆਂ ਸੈਕੂਲਰ ਆ, ਇੱਕ ਧਰਮ ਦੇ ਨਾਂ 'ਤੇ ਨਹੀਂ ਚੱਲਦੀਆਂ, ਜਿਹੜੀਆਂ ਪਾਰਟੀਆਂ ਬੀਜੇਪੀ ਨੂੰ ਹਰਾਉਣ ਵਾਸਤੇ ਇਕੱਠੀਆਂ ਹੋ ਸਕਦੀਆਂ ਜੀ, ਮੈਂ ਉਹਨਾਂ ਸਾਰੀਆਂ ਪਾਰਟੀਆਂ ਨੂੰ ਇਕੱਠੀਆਂ ਕਰਕੇ ਅਗਲੀਆਂ ਚੋਣਾਂ ਵਿੱਚ ਇੱਕ ਇਹੋ ਜਿਹਾ ਬਦਲ ਪੇਸ਼ ਕਰਨ ਦਾ ਯਤਨ ਕਰਾਂਗਾ, ਜਿਹੜਾ ਬਦਲ, ਜਿਹੜਾ ਉਹਦੇ 'ਚ ਫਰਜ਼ ਕਰੋ ਕੱਲ੍ਹ ਨੂੰ ਤੇਲਗੂ ਦੇਸ਼ਮ ਵੀ ਆ ਸਕਦੀ ਹੈ ਜੀ, ਉੜੀਸਾ ਦਾ ਨਵੀਨ ਪਟਨਾਇਕ ਵੀ ਆ ਸਕਦਾ, ਮਮਤਾ ਬੈਨਰਜੀ ਵੀ ਆ ਸਕਦੀ ਹੈ। ਅੱਛਾ ਜੀ। ਜਿਹੜਾ ਉਹ ਤੇਲੰਗਾਨਾ ਰਾਸ਼ਟਰੀ ਸੰਮਤੀ ਵਾਲਾ, ਉਹ TRS ਵਾਲਾ ਹੈਗਾ ਜੇਸ਼ਵਰ ਰਾਓ ਜੀ ਜੀ, ਉਹ ਵੀ ਇਹ 'ਚ ਆ ਸਕਦਾ। ਉਹ ਕਹਿੰਦੇ ਜੀ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਤਾਂ ਮੈਂ ਲਿਆਵਾਂਗਾ, ਕੱਲ੍ਹ ਨੂੰ ਸ਼ਰਦ ਪਵਾਰ ਵੀ ਆ ਸਕਦਾ। ਇਹ ਜਿਹੜਾ ਉਹਨੇ ਨਵਾਂ ਪਿੰਡ ਬਣਾਉਣ ਵਾਸਤੇ ਮੋੜੀ ਗੱਡ ਦਿੱਤੀ ਹੈ ਜੀ, ਇਹਦੇ ਤੋਂ ਜ਼ਿਆਦਾ ਤੌਰ 'ਤੇ ਤਾਂ ਬੀਜੇਪੀ ਵਾਲੇ ਕਹਿੰਦੇ ਸਾਨੂੰ ਕੋਈ ਖਤਰਾ ਨਹੀਂ, ਪਰ ਜੇ ਖਤਰਾ ਨਹੀਂ ਤਾਂ ਅਰਥਾਂ 'ਤੇ ਉਹਦੀ ਚਰਚਾ ਕਿਉਂ ਕਰਦੇ ਜੀ? ਉਹ ਚਰਚਾ ਦੱਸਦੀ ਹੈ ਕਿ ਖਤਰਾ ਮਹਿਸੂਸ ਹੋ ਰਿਹਾ। ਚਲੋ ਹੁਣ ਜਾਂਦੇ ਜਾਂਦੇ ਬਾਨੂ ਸਾਹਿਬ ਇੱਕ ਹੋਰ ਆਪਾਂ ਲੋਕਾਂ ਦੀ ਗੱਲ ਵੀ ਕਰ ਲਈਏ। ਜਦੋਂ ਮੋਦੀ ਸਾਹਿਬ ਨੇ ਨੋਟਬੰਦੀ ਕੀਤੀ ਸੀ
ਕਹਿੰਦੇ ਕਿ ਉਸ ਤੋਂ ਬਾਅਦ ਜਿਹੜੇ ਨਵੇਂ ਨੋਟ ਛਪੇ ਨੇ ਉਹਦੇ 'ਚੋਂ ਬਹੁਤ ਸਾਰੇ ਨੋਟ ਜਿਹੜੇ ਉਹ ਮਾਰਕੀਟ 'ਚ ਆਏ ਨਹੀਂ, ਬਾਜ਼ਾਰ 'ਚ ਆਏ ਨਹੀਂ, ਉਹ ਜਿੱਦਾਂ ਦੱਬੇ ਗਏ ਹੁੰਦੇ ਆ। ਇਹ ਹੁਣ RBI ਨੇ ਫਿਕਰਜ਼ਾਰ ਕੀਤਾ, ਇਹ ਕੀ ਚੀਜ਼ ਹੈ ਜੀ? ਦੇਖੋ, ਇਹਨਾਂ ਨੇ ਜਦੋਂ ਨੋਟਬੰਦੀ ਕੀਤੀ ਜੀ 8 ਨਵੰਬਰ 2016 ਨੂੰ ਜੀ, ਅਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਸ਼ਾਮ ਨੂੰ 8 ਵਜੇ ਅਚਾਨਕ ਐਲਾਨ ਕਰਤਾ ਸੀ ਕਿ 4 ਘੰਟੇ ਉਹਦੇ ਬਾਅਦ ਇਹ ਨੋਟ ਕਾਗਜ਼ ਦੇ ਟੋਟੇ ਰਹਿ ਜਾਣਗੇ। ਫਿਰ ਸਮਾਂ ਦਿੱਤਾ ਗਿਆ ਕਿ ਇੰਨੇ 'ਚ ਬਦਲ ਲਓ ਅਤੇ ਇੰਨੇ ਬਦਲੋ, ਵੱਧ ਨਹੀਂ ਬਦਲਣੇ ਜੀ। ਕਹਿੰਦੇ ਸੀ ਕਾਲਾ ਧਨ ਕਢਾਉਣਾ, ਉਹ ਨਹੀਂ ਨਿਕਲਿਆ। ਫਿਰ ਇਹ ਆਖਿਆ ਜਿਹੜਾ ਦੱਬਿਆ ਧਨ ਹੈ ਜੀ ਉਹਨੂੰ ਮਾਰਕੀਟ 'ਚ ਲਿਆਉਣਾ ਤਾਂ ਕਿ ਮਾਰਕੀਟ ਠੀਕ ਚੱਲ ਸਕੇ, ਉਹ ਨਹੀਂ ਚੱਲੀ। ਆਖਿਆ ਮਹਿੰਗਾਈ ਘਟਾਉਣੀ ਆ ਜੀ, ਉਹ ਹੋਰ ਵੱਧ ਗਈ। ਆਖਿਆ ਅੱਤਵਾਦ ਦੇ ਵਸੀਲੇ, ਅੱਤਵਾਦੀਆਂ ਦੇ ਆਉਣ ਜਾਣ ਦੇ ਪੈਸੇ ਦੇ ਉਹ ਖਤਮ ਕਰਨੇ ਆ, ਉਹ ਕੋਈ ਖਤਮ ਨਹੀਂ ਹੋਇਆ, ਕੰਮ ਉੱਦਾਂ ਚੱਲਦਾ ਪਿਆ। ਫਿਰ ਇਹ ਆਖਿਆ ਜਿਹੜੀ ਜਾਅਲੀ ਕਰੰਸੀ ਉਹ ਫੜਨੀ ਹੈ। ਜਿੰਨੇ ਲੱਖ ਕਰੋੜ ਛਾਪੇ ਗਏ ਸੀ ਨੋਟ ਜੀ, 14.5 ਲੱਖ ਕਰੋੜ ਤਾਂ ਛਾਪੇ ਗਏ ਸਨ ਅਤੇ ਜਮ੍ਹਾਂ ਹੋਣ ਲੱਗੇ, ਅਤੇ 14,90,000 ਕਰੋੜ ਜਿਹੜੇ ਉੱਥੇ ਜਮ੍ਹਾਂ ਹੋ ਗਏ, ਉਹ ਬਾਕੀ ਦੇ 40,000 ਕਰੋੜ ਕਿੱਥੋਂ ਆ ਗਏ? ਇਹਦੇ ਮਤਲਬ ਨਕਲੀ ਕਰੰਸੀ ਜਮ੍ਹਾਂ ਹੋ ਗਈ। ਅਤੇ ਅਜੇ ਇਹਦੇ ਬਾਅਦ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਖਿਲ ਰਹੇ ਉਹਨਾਂ ਕੋਲ ਵੀ, ਭਾਰਤੀਆਂ ਕੋਲ ਵੀ, ਬਾਕੀਆਂ ਕੋਲ ਵੀ, ਨੇਪਾਲ ਦੀ ਸਰਕਾਰ ਕੋਲ ਵੀ 900 ਕਰੋੜ ਪਿਆ, ਪਤਾ ਨਹੀਂ ਕਿੱਥੇ ਕਿੱਥੇ ਕਿੰਨੇ ਪਏ ਆ ਜੀ। ਸ਼ਾਇਦ 50,000 ਕਰੋੜ ਨੋਟ ਅਜੇ ਇੱਦਾਂ ਤੁਰੇ ਫਿਰਦੇ ਹੋਣੇ, ਉਹ ਵੀ ਗੱਲ ਨਾ ਬਣੀ। ਉਹਦੀ ਥਾਂ 'ਤੇ ਫਿਰ ਨਵੇਂ ਨੋਟ ਚਾਲੂ ਕੀਤੇ ਗਏ ਜੀ। ਇੱਕ ਤਾਂ 500 ਦੀ ਥਾਂ 'ਤੇ 500 ਦਾ ਕਰਤਾ, ਦੂਜਾ 1,000 ਦੀ ਥਾਂ 'ਤੇ 2,000 ਦਾ ਕਰਤਾ ਜੀ। ਥੋੜ੍ਹੇ ਚਿਰ ਬਾਅਦ ਇਹਨਾਂ ਨੇ ਇੱਕ 200 ਦਾ ਨੋਟ ਚਾਲੂ ਕਰਤਾ, ਉਹ 200 ਦਾ ਭਗਵਾ ਨੋਟ ਆ ਜੀ। ਉਹਦਾ ਰੰਗ ਤੁਸੀਂ ਵੇਖੋ ਨਾ, ਅਤੇ ਯੋਗੀ ਆਦਿੱਤਿਆ ਨਾਥ ਦੇ ਜਿਹੜਾ ਅੱਜ ਕੱਲ੍ਹ ਹਰਮਨ ਪਿਆਰਾ ਰੰਗ ਹੈ ਜੀ, ਜੀ ਬੱਸਾਂ 'ਤੇ ਵੀ ਉਹ ਰੰਗ, ਦਫ਼ਤਰਾਂ 'ਤੇ ਵੀ, ਪਰਦਿਆਂ 'ਤੇ ਵੀ, ਸਕੂਲਾਂ 'ਤੇ ਵੀ ਉਹ ਨੋਟ ਦਾ ਰੰਗ ਵੀ ਉਹ। ਉਹ ਨੋਟ ਕਰਤਾ, ਲੋਕਾਂ ਵਿੱਚ ਚੁਟਕਲਾ ਚੱਲ ਪਿਆ ਕਿ ਅੱਜ ਕੱਲ੍ਹ ਕਿਸੇ ਦੇ ਘਰ ਜਾ ਕੇ 100 ਰੁਪਏ ਦਾ ਸਿਗਨ ਕਰੋ ਤਾਂ ਬੁਰਾ ਜਿਹਾ ਲੱਗਦਾ, ਜੇ 500 ਦਿਓ ਤਾਂ ਮੌਤ ਪੈਂਦੀ ਹੈ। ਅਤੇ ਸਰਕਾਰ ਨੇ ਇੱਕ ਵਿਚਾਲੇ ਦਾ 200 ਵਾਲਾ ਨੋਟ ਕੱਢਤਾ ਜੀ। ਕਰੰਸੀ ਫਿਰ ਪੂਰੀ ਨਹੀਂ ਆ ਰਹੀ, ਕਦੇ ਬਿਹਾਰ ਦੇ ਵਿੱਚ ਕਰੰਸੀ ਦੀ ਘਾਟ, ਕਦੇ ਆਸਾਮ 'ਚ ਜੀ, ਕਦੇ ਕਰਨਾਟਕਾ 'ਚ, ਕਦੇ ਮਹਾਰਾਸ਼ਟਰ 'ਚ, ਕਦੇ ਪੰਜਾਬ 'ਚ। ਹੁਣ ਪਰਸੋਂ ਰਿਜ਼ਰਵ ਬੈਂਕ ਦਾ ਇੱਕ ਸੀਨੀਅਰ ਚੀਫ ਜਨਰਲ ਮੈਨੇਜਰ ਰੈਂਕ ਦਾ ਅਫਸਰ ਬੋਲਿਆ ਜੀ, ਉਹ ਕਹਿੰਦਾ ਜੀ ਸਾਨੂੰ ਇਹ ਮੰਨਣ 'ਚ ਕੋਈ ਅਰਜ਼ ਨਹੀਂ ਕਿ ਜਿੰਨੇ ਲੱਖ ਕਰੋੜ ਵੀ ਛਾਪਿਆ ਹੋਵੇ, ਹੇਠਲੇ ਨੋਟ ਚੱਲ ਰਹੇ ਆ, ਜਿਹੜੇ 2,000 ਵਾਲੇ ਨੋਟ ਹੈ ਜੀ ਉਹਨਾਂ ਦਾ 3/4 ਹਿੱਸਾ ਮਾਰਕੀਟ ਵਿੱਚ ਨਹੀਂ ਆਇਆ, ਸਟੋਰੀਆਂ ਨੇ ਆਪਣੇ ਕੋਲ ਲਗਾ ਲਿਆ। 3/4 ਦਾ ਮਤਲਬ ਕੀ ਹੈ? 75% ਜੀ। ਇਹਦਾ ਮਤਲਬ ਕਿ ਜੇ 4 ਲੱਖ ਕਰੋੜ ਨੋਟ ਛਾਪੇ ਹੋਣ ਜੀ, ਅਤੇ 75% ਦਾ ਮਤਲਬ ਕਿ 3 ਲੱਖ ਕਰੋੜ ਤਾਂ ਉਹਨਾਂ ਨੇ ਦੱਬ ਲਿਆ, 1 ਲੱਖ ਕਰੋੜ ਤੁਰੇ ਫਿਰਦੇ ਆ, ਅਤੇ ਕਾਰੋਬਾਰ ਕਿੱਦਾਂ ਚੱਲੇ? ਦੁਨੀਆ ਸਾਰੀ ਤਾਂ ਪਹਿਲਾਂ ਕਹਿੰਦੀ ਹੈ ਕਿ ਭਾਰਤ ਦੀ ਇਕਾਨਮੀ ਉੱਨੀ ਉੱਪਰ ਨਹੀਂ ਜਿੰਨੀ ਥੱਲੇ ਥੱਲੇ ਚੱਲਦੀ ਹੈ ਜੀ ਜੀ। ਸਰਕਾਰ ਨੇ ਸਾਰਾ ਯਤਨ ਕਰਕੇ ਵੇਖ ਲਿਆ, ਉਹ ਤਾਂ ਕੰਮ ਫਿਰ ਹੋ ਰਿਹਾ, ਅਤੇ ਇਹਦਾ ਫਾਇਦਾ ਕੀ ਹੋਇਆ? ਸਰਕਾਰ ਅਜੇ ਤੱਕ ਇਹ ਨਹੀਂ ਦੱਸ ਸਕੀ ਕਿ ਇਸ ਨੋਟਬੰਦੀ ਦਾ ਉਹਨੂੰ ਫਾਇਦਾ ਕੀ ਹੋਇਆ। ਚਲੋ, ਫਾਇਦਾ ਹੋਵੇ ਨਾ ਹੋਵੇ ਜੀ, ਅੱਜ ਤੁਹਾਡੀਆਂ ਗੱਲਾਂ ਬਾਤਾਂ ਤੋਂ ਲੋਕਾਂ ਨੂੰ ਬਹੁਤ ਸਾਰਾ ਫਾਇਦਾ ਹੋਇਆ, ਅਤੇ ਵੇਲਾ ਹੁਣ ਬ੍ਰੇਕ ਦਾ, ਜਾਂ ਕਹਿ ਲਓ ਕਿ ਪ੍ਰੋਗਰਾਮ ਖਤਮ ਕਰਨ ਦਾ, ਹੁਣ ਆਪਾਂ ਇਜਾਜ਼ਤ ਲੈਂਦੇ ਹਾਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਮ। ਇਸ ਦੇ ਨਾਲ ਹੀ ਆਪਾਂ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ, ਅਤੇ ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਉਣੀ। ਫਿਲਹਾਲ ਦੇ ਇਜਾਜ਼ਤ, ਗੁਰਪ੍ਰੀਤ ਸੰਧਾਵਾਲੀ ਨੂੰ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ, ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ, ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।